ਪਰਸੋਂ ਚੌਥ ਮੈਂ ਲਵਾਇਆ ਸੀ ਅਤੇ ਫਿਰ ਨਾ ਲਿਆ ਹੁਣ ਵੀ ਸਭਾ ਸਭਾ ਜੀ ਨਾ ਕੇ ਜਾਓ ਮੈਂ ਆਖਿਆ ਨਹੀਂ ਭੈਣ ਤੇਲ ਲਵਾ ਕੇ ਅਤੇ ਫਿਰ ਨਾ ਰੋਜ਼ੀ ਨੇ ਆਉਣ ਤੋਂ ਪਹਿਲਾਂ ਲਾਇਆ ਤੇਲ ਵੀ ਐਲੋਵੇਰਾ ਵੀ ਸਿਰ ਨੂੰ ਲਾ ਲਿਆ ਸੁਣ ਹੈਂ ਲਾ ਲਿਆ ਸੁਣ ਕੀ ਲਾਉਣਾ ਤੇਲ ਕਿਹੜਾ ਤੇਲ ਜਿਹੜਾ ਲਾਇਆ ਸੋ ਇੱਧਰ ਆਓ ਮੈਂ ਆਪਕੋ ਸਟੋਰੀ ਸੁਣਾਵਾਂ ਆਪਣੀ ਬੇਟੀ ਕੋ ਇੱਧਰ ਆਓ ਮੇਰੇ ਜਿੱਤ ਮੇਰਾ ਤਾਂ ਦਿਲ ਹੀ ਬੜਾ ਉਦਾਸ ਹੋ ਗਿਆ ਥਾ ਮੈਂ ਕਿਹਾ ਆਪਣੀ ਬੇਟੀ ਕੋ ਸੁਣਾਉਂਗੀ ਜਬ ਮੈਂ ਮੇਰੀ ਭੈਣ ਛੋਟੀ ਸੀ ਨਾ ਜੋ ਮੇਰੇ ਵਾਲ ਕੀ ਦਾਦੋ ਸੀ ਉਹ ਨਾ ਆਪਰੇਸ਼ਨ ਹੋ ਗਿਆ ਨਹੀਂ ਅਗਲੇ ਹੋਰ ਸੋਮਵਾਰ ਮੰਗਲ ਦਿਨ ਪੈ ਗਏ ਅਤੇ ਉਹ ਵੋ ਨਾ ਜਬ ਮੇਰੀ ਜੂਈਆਂ ਨਿਕਾਲਤੀ ਥੀ ਨਾ ਮੈਂ ਛੋਟੀ ਹੋਤੀ ਥੀ ਤੋ ਮੇਰੀਆਂ ਜੂਈਆਂ ਬੜੀਆਂ ਹੋਤੀ ਥੀ ਤੋ ਮੇਰੀਆਂ ਜੂਈਆਂ ਨਿਕਾਲਤੀ ਥੀ ਨਾ ਤੋ ਮੈਂ ਰੋਤੀ ਥੀ ਮੈਂ ਕਹਿਤੀ ਥੀ ਮੁਝੇ ਛੋੜ ਦੋ ਬਾਜੀ ਮੁਝੇ ਛੋੜ ਦੋ ਤੋ ਮੁਝੇ ਕਹਿਤੀ ਥੀ ਨਹੀਂ ਆਪਕੇ ਸਰ ਮੈਂ ਬੜੀ ਜੂਈਆਂ ਮੈਨੇ ਨਹੀਂ ਛੋੜਨਾ ਤੋ ਮੈਂ ਫਿਰ ਨਾ ਰੋਣਾ ਤੋ ਬਾਜੀ ਨੇ ਮੁਝੇ ਮਾਰਨਾ ਨਾ ਬਾਜੀ ਨੇ ਕਹਿਣਾ ਜੂਈਆਂ ਕਿਉਂ ਨਹੀਂ ਨਿਕਾਲੀ ਤੋ ਮੈਂ ਰੋਤੀ ਰਹਿਣਾ ਤੋ ਫਿਰ ਬਾਜੀ ਨੇ ਨਾ ਮੁਝੇ ਡਾਂਟਣਾ ਬੜਾ ਤੋ ਇਹ ਜੋ ਮੇਰੇ ਕੀ ਦਾਦੋ ਥੀ ਉਸਨੇ ਉਹ ਮੇਰੀ ਬਾਜੀ ਥੀ ਨਾ ਬੜੀ ਥੀ ਮੇਰੇ ਸੇ ਤੋ ਫਿਰ ਮੇਰੀ ਦਾਦੋ ਨੇ ਨਾ ਇਹ ਮੇਰੀ ਬਾਜੀ ਨੇ ਨਾ ਨਹੀਂ ਉਹ ਮੇਰੇ ਬਾਜੀ ਤਬ ਥੀ ਨਹੀਂ ਆਪ ਵੀ ਨਹੀਂ ਥੀ ਮੇਰੇ ਆਪਾਂ ਵੀ ਨਹੀਂ ਥੀ ਤਬ ਜਿਤਨੀ ਮੇਰੇ ਆਪਾਂ ਨਾ ਇਤਨੀ ਮੇਰੀ ਬਾਜੀ ਥੀ ਮੇਰੇ ਕੀ ਦਾਦੋ ਤੋ ਜਿਤਨੀ ਮਿਸ ਰੋਜ਼ੀ ਹੈ ਨਾ ਇਤਨੀ ਮੈਂ ਥੀ ਛੋਟੀ ਥੀ ਤੋ ਫਿਰ ਵੋ ਉੱਪਰ ਕਰੋ ਨਾ ਤੋ ਫਿਰ ਬਾਜੀ ਨੇ ਇੱਕ ਦਿਨ ਐਸਾ ਕੀਆ ਕੈਂਚੀ ਪਕੜੀ ਤੋ ਕੈਂਚੀ ਪਕੜ ਕੇ ਤੋ ਮੇਰੇ ਸਾਰੇ ਬਾਲ ਕਾਟ ਦਿੱਤੇ ਕਹਿਣ ਲੱਗੀ ਆਪ ਜੂਈ ਨਹੀਂ ਨਿਕਾਲਤੀ ਤੋ ਇਸ ਲਈ ਮੈਂ ਆਪਕੇ ਸਾਰੇ ਬਾਲ ਕਾਟ ਦੇਣੇ ਮੈਂ ਫਿਰ ਬੜਾ ਹਾਂ ਮੈਂ ਫਿਰ ਮੇਰੇ ਫਿਰ ਅੱਲਾ ਤਾਲਾ ਦੇ ਦਿੱਤੇ ਫਿਰ ਮੇਰੇ ਬਾਲ ਆ ਗਏ ਤੋ ਮੈਂ ਬੜਾ ਰੋਈ ਥੀ ਫਿਰ ਮੈਂ ਕਿਹਾ ਮੇਰੇ ਬਾਲ ਸਾਰੇ ਛੋਟੇ ਕਰ ਦਈ ਆਪ ਨੇ ਫਿਰ ਉਹ ਮੇਰੀ ਬਾਜੀ ਕਹਿ ਰਹੀ ਆ ਰੋ ਕਿਉਂ ਰਹੀ ਹੈ ਛੋਟੇ ਬਾਲ ਆ ਬਾਲ ਤੋਂ ਫਿਰ ਬੜੇ ਹੋ ਜਾਏਗੇ ਨਾ ਆਪਕੇ ਤੋ ਆਪ ਰੋਇਆ ਨਾ ਕਰੋ ਤੋ ਆਪਕੇ ਬਾਲ ਫਿਰ ਬੜੇ ਹੋ ਜਾਣਗੇ ਇਹ ਮੁਝੇ ਦਾਦਾ ਬੋਨੀ ਲਗਾਈ ਥੀ ਉਧਰ ਸੇ ਉਦੋਂ ਮੇਰੇ ਦੂਰ ਦੀ ਨੇੜੇ ਆ ਤਰੇ 100 ਰੁਪਏ ਦੀ ਲੱਗੀ ਆ ਵਧੀਆ ਫਰੇਮ ਵਧੀਆ ਸ਼ੀਸ਼ਾ ਨਹੀਂ ਬਸ ਸਲਾਮਾਂ ਲਾ ਮੈਂ ਕਦੇ ਸੋ ਆਉਂਦਾ ਸੀ ਬਾਜੀ ਤੁਸੀਂ ਬਾਜੀ ਆਏ ਹਨ ਤਾਂ ਸਾ ਸਹੀ ਤਰ੍ਹਾਂ ਵੈਲਕਮ ਨਹੀਂ ਕੀਤਾ ਮੈਂ ਕਿਹਾ ਕਦੇ ਮੈਂ ਕੁਰਾਨ ਪਾਕ ਪੜ੍ਹਦੀ ਹਾਂ ਸਲਾਮ ਲਈ ਉਹਨੇ ਵੈਲਕਮ ਕਿਹਾ ਉਹ ਵੀ ਬਹਿ ਗਈ ਫਿਰ ਮੈਂ ਬਾਜੀ ਨੇ ਮੇਰੇ ਬਾਲ ਕਾਟ ਦੀਏ ਤੋਂ ਮੈਮ ਨੇ ਫਿਰ ਬੜਾ ਰੋਈ ਤੋਂ ਬਾਜੀ ਕਹਿਣ ਲੱਗੀ ਕੋਈ ਬਾਤ ਨਹੀਂ ਲੜਕੀਓ ਕੋ ਛੋਟੇ ਵੀ ਬਾਲ ਹੋਤੇ ਹੈ ਆਪਕੋ ਇਤਨੇ ਪਿਆਰੇ ਲੱਗੇ ਹੈ ਕੱਟੀ ਕਬੂਤਰੀ ਮੇਰੇ ਬਾਜੀ ਨੇ ਮੁਝੇ ਐਸੇ ਕਹਿਣਾ ਤੋ ਫਿਰ ਉਹ ਮੇਰੀ ਬਾਜੀ ਥੀ ਨਾ ਬੜੀ ਥੀ ਨਾ ਤੋ ਫਿਰ ਮੁਝੇ ਮੈਂ ਦੇਖਾ ਹਾਂ ਲੋਗੋ ਕੇ ਵੀ ਛੋਟੇ ਛੋਟੇ ਬਾਲ ਹੋਤੇ ਹੈ ਕੋਈ ਬਾਤ ਨਹੀਂ ਮੇਰੇ ਵੀ ਛੋਟੇ ਹੋ ਗਏ ਹੈ ਤੋ ਫਿਰ ਮੇਰੇ ਬੜੇ ਅੱਛੇ ਬਾਲ ਬਣ ਗਏ ਤੋ ਆਪਣੀ ਬਾਜੀ ਕੀ ਬਾਤ ਮਾਨਦੇ ਹੈ ਨਾ ਬੜੀ ਜੋਤੀ ਹੈ ਹਾਂ ਇਸ ਲਈ ਲਓ ਮੈਂ ਆਪਣੀ ਬੇਟੀ ਕੀ ਜੂਈ ਨਿਕਾਲ ਦੇਖੋ ਮੈਂ ਕੋ ਦਰਦ ਕਰਤੀ ਹਾਂ ਨਹੀਂ ਨਾ ਕਰਤੀ ਹਾਂ ਕੋਈ ਬਾਤ ਨਹੀਂ ਹਾਂ ਠੀਕ ਆ ਤੋ ਆਪਕੋ ਫਿਰ ਮੈਂ ਨਾਥ ਸੁਣਾ ਦੇਤੀ ਹੂੰ ਹੈਨਾ ਨਾਥ ਸੁਣਾਓ ਮੁਝੇ ਆਤੀ ਨਹੀਂ ਹੈ ਵੈਸੇ ਭੂਲ ਗਈ ਆ ਸਿੱਧਾ ਰੱਖ ਸਿੱਧਾ ਰੱਖਤੇ ਹਾਂ ਥੋੜੇ ਸੇ ਰੱਖ ਲਏ ਨਾ ਪੀੜੀ 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 ਦਾਦੋ ਪੀੜੀ ਦੇ ਕੇ ਆਓ ਉਧਰ ਸੇ ਪਿੱਛੇ ਸੇ ਹਾਂ ਇਧਰ ਸੇ ਕੱਪੜੇ ਤੇ ਚੇਂਜ ਕਰਾਣੇ
ਉਹਨੇ ਰੋਣਾ ਪਾਤਾ ਸੀ ਤੇ ਫਿਰ ਛੱਡ ਦਿੱਤਾ ਮੂੰਹ ਪਤਾ ਤੇ ਰੋਣ ਲੱਗ ਗਈ ਏ ਤੇ ਇਹ ਉਹ ਗੀਚਾ ਕਿ ਬੇਟਾ ਉਧਰ ਰੱਖ ਦੇ ਚੁੱਪ ਕਰ ਦੇ ਬਾਤੇ ਨਾ ਕਰੋ ਮਾਫ ਕਰੀ ਤੂੰ ਮੌਲਾ ਮਾਫ ਕਰੀ ਅਦਲ ਕਰੀ ਨਾ ਇਨਸਾਫ ਕਰੀ ਤੂੰ ਬਸ ਮਾਫ ਕਰੀ ਤੂੰ ਮੌਲਾ ਮਾਫ ਕਰੀ ਮਾਫ ਕਰੀ ਜਾ ਸਾਇਆ ਬੋਲ ਜੇ ਮੰਦੜਾ ਬੋਲੀ ਤੂੰ ਹੈ ਬੇਹਨ ਡਾਡਾ ਤੇ ਮੈਂ ਕੱਖੋਂ ਹੋਲੀ ਮਾਫ ਕਰੀ ਜਾ ਸਾਇਆ ਬੋਲ ਜੇ ਮੰਦੜਾ ਬੋਲੀ ਤੂੰ ਹੈ ਬੇਹਨ ਡਾਡਾ ਤੇ ਮੈਂ ਕੱਖੋਂ ਹੋਲੀ ਕਰ ਦਈ ਦੂਰ ਖੁਦਾ ਸਦਕਾ ਸ਼ਾਹੇ ਮਦੀਨਾ ਮੈਨੇ ਜੋਗੀ ਮੈਨੇ ਮੈਨੂੰ ਅਜ਼ਮਾਨਾ ਜਿਹੜੀ ਪੁੱਲ ਮੇਥੋਂ ਹੋਈ ਮੈਨੂੰ ਮਾਫ ਕਰੀ ਸਾਇਆ ਮਾਫ ਕਰੀ ਅਦਲ ਕਰੀ ਨਾ ਇਨਸਾਫ ਕਰੀ ਤੂੰ ਬਸ ਮਾਫ ਕਰੀ ਤੂੰ ਮੌਲਾ ਮਾਫ ਕਰੀ ਅਦਲ ਕਰੀ ਨਾ ਇਨਸਾਫ ਕਰੀ ਤੂੰ ਬਸ ਮਾਫ ਕਰੀ ਤੂੰ ਮੌਲਾ ਮਾਫ ਕਰੀ ਮਾਫ ਕਰੀ ਜਾ ਸਾਇਆ ਮੋਲ ਮੰਦੜਾ ਬੋਲੀ ਮਾਫ ਕਰੀ ਜਾ ਸਾਇਆ ਬੋਲ ਜੇ ਮੰਦੜਾ ਬੋਲੀ ਤੂੰ ਹੈ ਬੇਹਦ ਡਾਡਾ ਤੇ ਮੈਂ ਕੱਖੋਂ ਹੋਲੀ ਕਰ ਦੇ ਮਾਫ ਕਤਾ ਸਦਕਾ ਸ਼ਾਹੇ ਮਦੀਨਾ ਇਹਨੇ ਜੋਗੀ ਮੈਨੇ ਮੈਨੂੰ ਅਜ਼ਮਾਵੀ ਨਾ ਜਿਹੜੀ ਪੁੱਲ ਮੇਥੋਂ ਹੋਈ ਮੈਨੂੰ ਮਾਫ ਕਰੀ ਤੂੰ ਮਾਫ ਮੌਲਾ ਮਾਫ ਕਰੀ ਨਾਇਆ ਕਿ ਜੂਈ ਦੇਖ ਲਓ ਨਾਇਕ ਸਰ ਮੇ ਜੂਈ ਹੈ ਮੇਰੀ ਬੇਟੀ ਤਾਂ ਬੜੀ ਪਿਆਰੀ ਹੈ ਇਹ ਤਾਂ ਮੇਰੀ ਬੜੀ ਅੱਛੀ ਬੇਟੀ ਹੈ ਆਪਣੀ ਦਾਦੋ ਸੇ ਬੜਾ ਪਿਆਰ ਕਰ ਮੀਰਲ ਕੋ ਲੈ ਕੇ ਆਓ ਮੀਰਲ ਕੋ ਆਪਾਂ ਬੋਲਦੇ ਹੈ ਉਹ ਆਪਕੀ ਆਪਾ ਬੜੀ ਆਪਾ ਆਪਕੀ ਅੱਛਾ ਆਹੋ ਅੱਛਾ ਪਰਸੋਂ ਫੋਨ ਕੀਤਾ ਸੀ ਉਹਨੇ ਅੱਛਾ ਫਿਰ ਇੱਧਰ ਆ ਗਿਆ ਅਸੀਂ ਉੱਥੇ ਇੰਤਜ਼ਾਰ ਕੇ ਸਾਂ ਅਸੀਂ ਇੰਨਾ ਫਰੂਟ ਲੈ ਕੇ ਗਏ ਸਾਂ ਉਹ ਨਹੀਂ ਉੱਥੇ ਬਾਗ ਚ ਲੈ ਕੇ ਗਏ ਹਾਂ ਤੇ ਫੋਨ ਕੀਤਾ ਸੀ ਮੈਂ ਕਿਹਾ ਦਿਲ ਮੇਰਾ ਨਾ ਮੈਂ ਬੜਾ ਕੁਛ ਲਾਈ ਹਾਂ ਨੀਚੇ ਹੈ ਹਾਂ ਔਰ ਐਪਲ ਵੀ ਥੋੜਾ ਜਿਹਾ ਸਿਰ ਵੀ ਵੇਖ ਦੇ ਕੇ ਜੀ ਬੈਡ ਕੇ ਨੀਚੇ ਹੈ ਮੇਰੀ ਬੇਟੀ ਸਾਰੇ
ਉਧਰ ਖਾਓ, ਉਧਰ ਖਾਓ ਬੈਠ ਕੇ। ਮੈਂ ਕਹਿ ਰਹੀ ਉਧਰ ਖਾਓ ਬੈਠ ਕੇ। ਸੁਭਾਨ ਅੱਲਾ। ਸੁਭਾਨ ਅੱਲਾ, ਸੁਭਾਨ ਅੱਲਾ, ਕਿੰਨੀ ਸੋਹਣੀ ਨਾਤ ਬੋਲੀ। ਨਾ ਕਾਲੀ ਡੋਰੀ ਕੋਈ ਘਰ ਹੈ, ਐਨਕ ਚ ਪਾਣੀ ਹੈ। ਮੈਂ ਤੇ ਵੇਖੀ ਨੀ, ਮੁਕੱਦਸ ਨੇ ਵੇਖ ਕੇ ਦਿੱਤੀ ਉਹਨੂੰ। ਸਨਾ ਇਸਨੇ ਇਹਦੇ ਵਿੱਚ ਹੋਣੀ ਲਈ ਤੇ ਹੈ ਸੀ, ਭਾਈ ਨੇ ਪਾਈ ਨਾ ਹੋਵੇ ਵਿੱਚ। ਉੱਥੇ ਫਰੂਟ ਪਿਆ, ਉਹਨੇ ਪਾਈ ਨੀ। ਮੈਂ ਜਾਣੀ ਆ ਉਹਨੇ ਫਿਰ ਨਹੀਂ। ਮੇਥੀ ਨਾਲ ਤੇ ਮਜ਼ਾ ਬਣਨਾ ਨੀ, ਪਾਲਕ ਦਾ ਤੇ ਮਜ਼ਾ ਹੀ ਨੀ ਬਣਨਾ। ਤੇ ਨਹੀਂ ਨਹੀਂ ਸਭਾ ਮੈਂ ਲਿਆਉਣੀ ਆ, ਮੈਂ ਮੇਥੀ ਤੋਂ ਬਗੈਰ ਨੀ ਮੇਰੀ ਮਨ। ਭਾਵੇਂ ਗੱਡੀ ਚ ਨਾ ਰਹਿ ਗਈ ਹੋਵੇ, ਧਨੀਆ ਵੀ ਸੀ। ਕਰਦੀ ਹੈ
ਖਾਣਾ ਖਾ ਲਿਆ ਕਿ ਨਹੀਂ? ਸਭਾ ਖਾਣਾ ਨਹੀਂ ਖਾਇਆ? ਬੱਚੇ ਬੱਚੋਂ ਕੋ ਵੀ ਦੇਣਾ ਤੂੰ? ਕੋਈ ਸਕੂਨ ਆਉਂਦਾ ਜੂਆ ਵਹਾ ਕੇ ਤੇਲ ਚਸਾ ਕੇ? ਅੱਲਾ ਦੀ ਸਪੁਰਦ, ਅੱਲਾ ਦੀ ਸਪੁਰਦ। ਪਾਸ ਕੱਪੜੇ ਨਵੇਂ ਗੰਦ ਪਿਆ ਫਿਰ। ਨਹੀਂ ਇੱਕ ਵਾਰੀ ਫਿਰ ਮਾਰ ਜਾ ਹੱਥ, ਜਿਹੜੀ ਕੋਈ ਰਹਿ ਗਈ ਨਿਕਲ ਜਾ। ਪਤਾ ਨਹੀਂ ਮੈਨੂੰ ਤਾਂ ਕੁਛ ਸਮਝ ਨਹੀਂ ਲੱਗਦਾ। ਬਸ ਠੀਕ ਏ, ਮੈਂ ਹੁਣ ਮੇਥੀ ਲਿਆਵਾਂ ਜਾ ਕੇ, ਮੇਥੀ ਪਾਲਕ ਪਕਾਉਣੀ। ਮੰਮ ਕਦਰ ਸਿੰਘ ਕਹਿ ਰਹੀ ਨਾ ਕਿ ਮੇਥੀ ਪਾਲਕ ਲਿਆਓ, ਮੇਥੀ ਪਾਲਕ ਪਕਾਏ। ਜਰਾ ਸਿੱਕੜੀ ਨੂੰ ਖੇਡ ਛੱਡ, ਇੱਕ ਅੱਡੀ ਵਾਲਾ ਜੁੱਤੀ ਪਾਈ ਸੀ, ਇੱਕ ਦੂਜੀ ਪਾਈ ਸੀ।
ਯਾ ਅੱਲਾ ਤੇਰੀ ਸਪੂਰਦ, ਯਾ ਅੱਲਾ ਤੇਰੀ ਸਪੂਰਦ। ਆਹੋ ਇੱਥੇ ਕਿਉਂ ਲੱਗ ਪਏ ਨੇ ਕਰਨ, ਆ ਸੜਕ ਦੇ ਉੱਤੇ ਹਾਂ ਨਾਪ ਲਿਆਈ ਆ ਤੇ ਸੀਨ ਸੀਨ ਹੈ ਨਾ। ਨਹੀਂ ਉੱਥੇ ਮੇਰੇ ਖਿਆਲ ਘਰ ਆਈ ਆ ਮੈਂ, ਘਰ ਨਾ ਜਿੱਥੇ ਪਏ ਨਾ ਉਹਨਾਂ ਦੀਆਂ ਗੱਦੀਆਂ ਸੋਫੇ ਦੀਆਂ ਉੱਥੇ ਪਿਆ। ਇੱਥੋਂ ਤਾਂ ਵੈਸੇ ਲੱਗ ਵੀ ਜਾਣਾ ਸੀ ਉਹ ਨਹੀਂ ਆਉਂਦੀ ਸੀ, ਇੱਕ ਲੈ ਲਾਉਣੀ ਬਸ ਉਧਰ ਸੇ ਕਾਕਾ ਉਧਰ ਸੇ ਜਾਣਾ। ਸਕੂਲੋਂ ਛੁੱਟੀਆਂ ਹੋ ਗਈਆਂ ਨੇ, 11 ਨੂੰ ਜਾਣਾ ਹੈ। ਕਿੰਨਾ ਰੋਜ਼ ਨੂੰ ਇਹਨਾਂ ਆਇਆ ਨੇ 11 11 ਨੂੰ ਕਹਿੰਦੇ ਨਾ ਸਾਰੇ ਸਕੂਲ ਖੁੱਲ੍ਹੇ ਨੇ। ਅੱਛਾ ਖੁੱਲ੍ਹੇ ਤਾਂ ਹੈ ਨਾ ਹੋਰੇ ਹੁਣ ਸਿਰਾ ਲੁਕ ਗਈ ਸਾਂ ਤੇ ਫਿਰ ਹੋਰ ਕੋਈ ਗੱਲ ਨਹੀਂ ਹੋਈ ਕੋਈ, ਉਹ ਵੀ ਨਹੀਂ ਆਈ। ਵੈਸੇ ਸੋਚਣ ਵਾਲੀ ਗੱਲ ਹੈ ਕਿ ਉਹ ਇੰਜਨ ਨੂੰ ਕੀਤਾ ਕਿਉਂ ਕੋਈ ਨੀ ਗੱਲ ਨਾ ਕੀਤੀ ਉਹਨਾਂ ਨੇ, ਕੋਈ ਵੀ ਨਾ ਕੀਤੀ ਹੋਣੀ। ਉਹ ਜਿਹੜੇ ਬੰਦੇ ਦਾ ਮੈਂ ਨਾਂ ਲੈਂਦੀ ਸੀ ਨਾ ਉਹਨੇ ਕੀਤੀ। ਚਲੋ ਕੋਈ ਖੁਦਾ ਨੀ ਬਣਦਾ, ਭਾਜੀ ਨੂੰ ਕੱਲ ਫੋਨ ਕੀਤਾ ਸੀ ਤੇ ਭਾਜੀ ਕਹਿੰਦੇ ਸਨ
ਆਪਰੇਸ਼ਨ ਅੱਗੇ ਪੈ ਗਿਆ ਹੈ। ਹੂੰ ਜਿੱਦਣ ਹੋਏਗਾ ਫਿਰ ਦੱਸਾਂ। ਹੁਣ ਕਹਿਣ ਦੇ ਹੀ ਦਾਖਲ ਕਰ ਲਿਆ ਉਹਨਾਂ ਨੇ, ਕੋਈ ਵੀ ਨਹੀਂ ਕੀਤਾ। ਕੋਈ ਨਹੀਂ ਕੀਤਾ, ਪਤਾ ਨਹੀਂ ਉਹ ਕਹਿਣ ਦੇ ਸੀ ਜੇ ਦਾਖਲ ਕਰ ਲਿਆ ਨਹੀਂ ਉਹਨਾਂ ਬੋਧ ਨੂੰ ਹੁਣ ਉਹ ਛੁੱਟੀ ਹੋ ਸਕਦੀ ਹੈ ਨਾ, ਬਲੱਡ ਤੇਜ਼ ਹੋ ਜਾਂਦਾ ਨਾ, ਬਲੱਡ ਉਹਨਾਂ ਦਾ ਤੇਜ਼ ਹੀ ਹੋਣਾ, ਡਰਨਾ ਹੀ ਹੋ ਜਾਂਦਾ ਪਤਾ ਹੀ ਨਾ, ਆਪਰੇਸ਼ਨ ਜਿੰਨਾ ਦਾ ਹੋਵੇ ਡਰਨਾ ਹੀ। ਵਿੱਚ ਵਗਦਾ ਉਹ ਸ਼ਾਇਦ ਬਾਅਦ ਦੱਸਿਆ ਸੀ। ਆ ਕੰਮ ਗਲਤ ਹੋਇਆ। ਆਹੋ ਉਹ ਲਾਲ ਸੁਬਾ ਹੋਇਆ ਸੀ, ਹੋ ਸਕਦਾ ਲੱਗ ਗਿਆ ਹੋਵੇ। ਆਹੋ ਉਹ ਜੇਕਰ ਹੌਲੀ ਹੌਲੀ ਜ਼ਿਆਦਾ ਫੈਲ ਗਿਆ ਹੋਇਆ, ਫੈਲ ਗਿਆ ਹੁਣ ਤੇ ਤਾਂ ਹੀ ਉਹਨਾਂ ਨੇ ਐਤਕੀਓ ਨਹੀਂ ਨਾ ਲਾਈਆਂ ਹੈ। ਉਹਨਾਂ ਨੇ ਕਿਹਾ ਸੀ ਪ੍ਰੇਸ਼ਰ ਨਹੀਂ ਹੋਣਾ। ਅੱਲਾ ਹੀ ਕਰਮ ਕਰਨ ਵਾਲਾ ਮੇਰਾ ਮਾਲਕ, ਉਹ ਕਰੇ ਤੇ ਸਭ ਕੁਝ ਸਹੀ ਹੋ ਜਾਣਾ। ਨਹੀਂ ਕੀਤਾ ਉਹਨਾਂ ਨੇ, ਨਹੀਂ ਕੀਤਾ ਉਹਨਾਂ ਨੇ। ਆਹੋ ਨਹੀਂ ਕੀਤਾ, ਮੈਂ ਮੰਗਲ ਨੂੰ ਗਈ ਸਾਂ ਛੁੱਟੀਆਂ ਬਣਾ ਲਾ, ਬਣਾ ਮੇਰੀ ਛੁੱਟੀਆਂ ਬਣਾ ਤੇ ਮੈਂ ਮੇਥੀ ਦਾ ਪਤਾ ਕਰਕੇ ਆਵਾਂ। ਅਸਾਂ ਹੀ ਉਹਨੂੰ ਕਾਲੀ ਪਾਈ ਸੀ ਤੇ ਉਹਨੂੰ ਉੱਚੀ ਸੁਰੀ ਕਰਕੇ ਨਾ ਮੇਰੀ ਖੁੱਲੀ ਗਏ ਤੇ ਉਹ ਫਿਰ ਗੁੱਤ ਹੋਈ ਹੋਵੇ ਨਾ ਤੇ ਵਿੱਚ ਡੋਰੀ ਲਿਆ ਕੇ ਪਾਨੀ ਆ ਨਾ, ਸਹੀ ਹੋ ਜਾਏਗੀ। ਤਿੰਨ ਹਾਈ ਨੈਕਾਂ ਪਾਈਆਂ, ਤਿੰਨਾਂ ਹਾਈਆਂ ਨੈਕਾਂ ਨੂੰ ਅੱਗ ਲਾ ਕੇ ਫਿਰ ਬਚ ਗਈ। ਮੈਂ ਉੱਤੇ ਆਈ ਛੱਤ, ਮੈਨੂੰ ਵੀ ਲੱਭੇ, ਮੈਂ ਦਰਵਾਜ਼ਾ ਬੰਦ ਕਰ ਛੱਡਣੀ ਨੇ, ਇਸ ਨੂੰ ਖੋਲ ਛੱਡਣੀ ਹੈ। ਅਰੇ ਬਾਜੀ ਬਾਲ ਕੇ ਤੇ ਦੁਆ ਕਰਨੀ ਸੀ ਨਾ, ਦੁਆ ਨਾ ਪੰਜ ਤਨ ਦੇ ਨਾਂ ਦੇ ਦੇਵੇ। ਕਾਲੀ ਗਿਆ ਆ ਜਾਓ, ਆ ਜਾਓ ਜੀ। ਹਾਂਜੀ ਹਲ ਹਲ ਆ ਜਾਓ।